ਅਸੀਂ ਮੌਜੂਦਾ ਸਰਪੰਚ ਗ੍ਰਾਮ ਪੰਚਾਇਤ ਕਜੌਲੀ ਸਾਰੀਆਂ ਸੰਗਤਾਂ ਨੇ ਭਾਈ ਬੀਬੀਆਂ ਨੇ ਸਾਰਿਆਂ ਨੇ ਨਗਰ ਨੇ ਇਕੱਤਰ ਹੋ ਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਕਿਉਂਕਿ ਬਹੁਤ ਬੁਰਾ ਹਾਲ ਆ, ਕਾਫੀ ਦੇਰ ਤੋਂ ਬਾਰਿਸ਼ਾਂ ਨਹੀਂ ਪੈ ਰਹੀਆਂ, ਮੀਂਹ ਨਹੀਂ ਪੈ ਰਿਹਾ, ਸਾਰੇ ਡੰਗਰਾਂ ਦਾ ਬੰਦਿਆਂ ਦਾ ਜਾਨਵਰਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ। ਇਸ ਲਈ ਅਸੀਂ ਪੁਰਾਤਨ ਜੋ ਸਾਡੀਆਂ ਪੁਰਾਤਨ ਰਵਾਇਤਾਂ ਚੱਲ ਰਹੀਆਂ ਗੁੱਡੀ ਫੁੱਕਣ ਦੀਆਂ, ਸਾਡੇ ਬਜ਼ੁਰਗਾਂ ਬੀਬੀਆਂ ਵੱਲੋਂ ਬਜ਼ੁਰਗਾਂ ਵੱਲੋਂ ਚਲਾਈਆਂ ਜਾ ਰਹੀਆਂ, ਉਸ ਦੇ ਤੌਰ ਤੇ ਅਸੀਂ ਅੱਜ ਆਪਣੇ ਨਗਰ ਵੱਲੋਂ ਸਮੂਹ ਸੰਗਤਾਂ ਵੱਲੋਂ ਇਹ ਗੁੱਡੀ ਫੁੱਕਣ ਦਾ ਅੱਜ ਜੋ ਰਸਮ ਪੂਰੀ ਕਰੀ ਗਈ ਹੈ ਤੇ ਪਰਮਾਤਮਾ ਨੂੰ ਇੰਦਰ ਦੇਵਤਾ ਨੂੰ ਖੁਸ਼ ਕਰਨ ਲੱਗੇ, ਸੱਚੇ ਪਾਤਸ਼ਾਹ ਤੰਦਰੁਸਤੀਆਂ ਰੱਖੀ, ਤਰੱਕੀਆਂ ਬਖਸ਼ੀ ਨਗਰ ਦੇ ਵਿੱਚ, ਬਾਰਿਸ਼ ਮੀਂਹ ਪੈਣ ਦੀ ਜ਼ਰੂਰ ਸੱਚੇ ਪਾਤਸ਼ਾਹ ਜੀ ਕਰਨਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ। ਸੋ ਸਾਰੀਆਂ ਸੰਗਤਾਂ ਦਾ ਅਸੀਂ ਮੌਜੂਦਾ ਸਰਪੰਚ ਧੰਨਵਾਦ ਕਰਦਾ ਜੀ, ਸਾਰੀ ਸੰਗਤ ਦਾ ਜਿਨ੍ਹਾਂ ਨੇ ਕਿ ਇੰਨੀ ਗਰਮੀ ਦੇ ਵਿੱਚ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਭਰੀਆਂ, ਗੁੱਡੀ ਫੁੱਕਣ ਦੀ ਰਸਮ ਵਿੱਚ ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦਾ ਭਾਈ ਤਹਿ ਦਿਲੋਂ ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੰਦਰ ਦੇਵਤਾ ਨੂੰ ਖੁਸ਼ ਕਰਨ ਵਾਸਤੇ ਪਿੰਡ ਕਜੌਲੀ ਵੱਲੋਂ ਗੁੱਡੀ ਦੀ ਫੁੱਕਣ ਦੀ ਰਸਮ ਪੂਰੀ ਕੀਤੀ ਆ। ਮੀਂਹ ਪੈ ਜਾਵੇ ਭਾਈ, ਸਾਰਿਆਂ ਜਿਹੜੀਆਂ ਸੰਗਤਾਂ ਆਈਆਂ ਸਾਰੀਆਂ ਦਾ ਧੰਨਵਾਦ।